ਜਿਹੜਾ ਇੱਕ ਵਾਕਿਆ ਬੜਾ ਦਰਦ ਅੰਦੋਸ਼ ਵਾਕਿਆ ਮੋਟਰਵੇ 'ਤੇ ਪੇਸ਼ ਆਇਆ, ਸਾਰਿਆਂ ਨੂੰ ਯਾਦ ਹੋਏਗਾ। ਹਜ਼ਰਾਤ, ਅਗਰ ਮੇਰੇ ਤੇਰੇ ਮੁਲਕ ਦੇ ਅੰਦਰ ਨਿਜ਼ਾਮੇ ਮੁਹੰਮਦੀ ਹੁੰਦਾ, ਅੱਜ ਕੋਈ ਜ਼ਾਲਮ ਐਵੇਂ ਕਿਸੇ ਮਾਂ ਬਹਿਣ ਬੇਟੀ ਦੀ ਇੱਜ਼ਤ ਨੂੰ ਤਾਰ ਤਾਰ ਕਰਕੇ ਨਾ ਚਲਾ ਜਾਂਦਾ। ਹਜ਼ਰਾਤ, ਅਗਰ ਨਿਜ਼ਾਮੇ ਮੁਸਤਫਾ ਨੂੰ ਮੈਂ ਤੂੰ ਸਮਝਿਆ ਹੁੰਦਾ, ਅਗਰ ਸਦਾਕਤ ਸਿੱਦੀਕ ਨੂੰ ਮੈਂ ਤੂੰ ਆਪਣੇ ਕਾਨੂੰਨ ਦੇ ਅੰਦਰ ਨਾਫਜ਼ ਕੀਤਾ ਹੁੰਦਾ, ਹਜ਼ਰਾਤ ਕੋਈ ਜ਼ਾਲਮ ਇਹ ਜੁਰਅਤ ਨਾ ਕਰਦਾ, ਕੋਈ ਜ਼ਾਲਮ ਇੱਥੋਂ ਤੱਕ ਅੱਗੇ ਵੜਨ ਦੀ ਕੋਸ਼ਿਸ਼ ਨਾ ਕਰਦਾ ਕਿ ਇੱਕ ਔਰਤ ਜਾ ਰਹੀ ਹੈ, ਉਹਨੂੰ ਵਿਚਾਰੀ ਨੂੰ ਕਾਰ ਦੇ ਅੰਦਰੋਂ ਕੱਢ ਕੇ, ਉਹਦੇ ਬੱਚਿਆਂ ਨੂੰ ਕੱਢ ਕੇ, ਉਹਦੇ ਬੱਚਿਆਂ ਦੇ ਸਾਹਮਣੇ, ਉਹਦੇ ਸਾਹਮਣੇ ਬੱਚਿਆਂ ਦੇ ਸਾਹਮਣੇ ਉਹਦੇ ਨਾਲ ਜ਼ਿਆਦਤੀ ਕੀਤੀ ਜਾਏ, ਉਹਦੇ ਨਾਲ ਜ਼ੁਲਮ ਕੀਤਾ ਜਾਏ, ਦੱਸੋ ਉਹ ਬੱਚੇ ਕੱਲ੍ਹ ਬੜੇ ਹੋ ਕੇ ਲੋਕ ਕੀ ਜਵਾਬ ਦੇਣਗੇ? ਹਜ਼ਰਾਤ, ਕੀ ਜਵਾਬ ਦੇਣਗੇ ਉਹ ਬੱਚੇ? ਦੱਸੋ, ਅਗਰ ਸਕੂਲ ਦੇ ਅੰਦਰ ਉਹਨਾਂ ਬੱਚਿਆਂ ਦੇ ਕੋਲੋਂ ਕਿਸੇ ਨੇ ਪੁੱਛਿਆ ਕਿ ਯਾਰ ਦੱਸੋ ਤੁਹਾਡੀ ਮਾਂ ਦੇ ਨਾਲ ਉਹਨਾਂ ਲੋਕਾਂ ਨੇ ਕੀ ਕੀਤਾ ਸੀ, ਦੱਸੋ ਉਹ ਬੱਚੇ ਕੀ ਜਵਾਬ ਦੇਣਗੇ? ਇੱਥੇ ਸਾਡੇ ਜ਼ਿੰਮੇਦਾਰ ਆਉਂਦੇ ਨੇ, ਇਹਦੇ ਅੰਦਰ ਉਹਨਾਂ ਡਾਕੂਆਂ ਦਾ ਕੋਈ ਗੁਨਾਹ ਨਹੀਂ, ਡਾਕੂਆਂ ਦੀ ਕੋਈ ਗਲਤੀ ਨਹੀਂ। CPO ਉਮਰ ਸ਼ੇਖ ਸਾਹਿਬ, ਕਮ ਅਜ਼ ਕਮ ਤੂੰ ਆਪਣੇ ਨਾਮ ਦੀ ਲਾਜ ਰੱਖ ਲੈਂਦਾ। ਤੇਰਾ ਨਾਮ ਉਹ ਨਾਮ ਹੈ ਜਿਸ ਨਾਮ ਨੂੰ ਸੁਣ ਕੇ ਸ਼ੈਤਾਨ ਆਪਣਾ ਰਾਹ ਬਦਲ ਲੈਂਦਾ ਸੀ। ਤੇਰਾ ਤੇ ਨਾ ਕੋਈ ਲਾਈਨ ਹੋਣਾ ਚਾਹੀਦਾ, ਤੂੰ ਤੇ ਉਮਰ ਦੇ ਨਾਮ ਨੂੰ ਜਨਾਬ ਲੱਜ ਲਾਈ ਏ। ਉਮਰ ਦਾ ਨਾਮ ਤੇ ਉਹ ਨਾਮ ਏ ਜਿਹਦਾ ਨਾਂ ਸੁਣ ਕੇ ਸਾਡੇ 22 ਲੱਖ ਮੁਰੱਬਾ ਮੀਲ ਦੀ ਸਾਰੀ ਜ਼ਮੀਨ ਲਜਾਉਂਦੀ ਸੀ। ਤੇਰਾ ਨਾਮ ਉਹ ਨਾਮ ਏ ਜਿਸ ਉਮਰ ਦਾ ਨਾਮ ਸੁਣ ਕੇ। ਹਜ਼ਰਾਤ, ਅੱਲਾਹ ਅਕਬਰ, ਅੱਲਾਹ ਕੀ ਹੁਣ ਮੈਂ ਤੈਨੂੰ ਕਹਾਂ? ਅੱਲਾਹ ਤੈਨੂੰ ਹਦਾਇਤ ਅਤਾ ਫਰਮਾਏ। ਅਗਰ ਇਹ ਤੇਰੀ ਮਾਂ ਬਹਿਣ ਬੇਟੀ ਦੇ ਨਾਲ ਇਹ ਸਲੂਕ ਕੀਤਾ ਜਾਂਦਾ, ਫਿਰ ਮੈਂ ਤੈਨੂੰ ਪੁੱਛਦਾ ਤੂੰ ਕਿਵੇਂ ਆਉਂਦਾ? ਲਓ ਜੀ, ਇਹ ਔਰਤ ਦਾ ਗੁਨਾਹ ਵੇ, ਔਰਤ ਦਾ ਇਸ਼ਾਰਾ ਕੀਤਾ ਧਰਿਆ ਵੇ, ਉਹਨੂੰ ਆਪਣਾ ਜਨਾਬ ਮੋਟਰਵੇ ਥਾਣੀ ਨਹੀਂ GT ਰੋਡ ਥਾਣੀ ਜਾਣਾ ਚਾਹੀਦਾ ਸੀ। ਹਜ਼ਰਾਤ, ਕੋਈ ਹੋਸ਼ ਦੇ ਨਾਖਣ ਲੈ, ਇਹੋ ਜਿਹੇ ਦਰਿੰਦਿਆਂ ਨੂੰ ਜਨਾਬ ਲਗਾਮ ਡਾਲੇ। ਅੱਜ ਇੱਕ ਬੇਟੀ ਦੀ ਇੱਜ਼ਤ ਤਾਰ ਹੋਈ ਏ, ਕੱਲ ਔਰ ਸਵਾਂ ਦੀ ਹੋਏਗੀ। ਦੁਆ ਕਰੋ, ਅੱਲਾ ਮੇਰੇ ਤੇਰੇ ਮੁਲਕ ਦੇ ਅੰਦਰ ਨਿਜ਼ਾਮੇ ਮੁਸਤਫਾ ਕਾਇਮ ਫਰਮਾ ਦੇ। ਅੱਲਾ ਮੇਰੇ ਤੇਰੇ ਮੁਲਕ ਦੇ ਅੰਦਰ ਹਜ਼ਰਤ ਅਬੂ ਬਕਰ ਸਿੱਦੀਕ ਦੀ ਸਦਾਕਤ ਨੂੰ ਕਾਇਮ ਫਰਮਾ ਦੇ। ਦੁਆ ਕਰੋ, ਅੱਲਾ ਮੇਰੇ ਤੇਰੇ ਮੁਲਕ ਦੇ ਅੰਦਰ ਮੇਰੇ ਉਮਰ ਦਾ ਅਦਲ ਇਨਸਾਫ ਜਿਹੜਾ ਕਾਇਮ ਫਰਮਾ ਦੇ। ਹਜ਼ਰਾਤ, ਹਜ਼ਰਤ ਉਮਰ ਆਉਂਦੇ ਨੇ, ਮੈਂ ਅੱਜ ਅਬੂ ਬਕਰ